ਚੱਬੇਵਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਮਰ ਕੱਸੀ ਹੋਈ ਹੈ, ਮੇਰੇ ਨਾਲ ਬ੍ਰਹਮ ਸ਼ੰਕਰ ਜਿੰਪਾ ਨੇ। ਜਿੰਪਾ ਸਾਹਿਬ, ਕਿਸ ਤਰੀਕੇ ਦੀ ਤਿਆਰੀ ਹੈ? ਬਹੁਤ ਉਤਸ਼ਾਹ ਹੈ ਲੋਕਾਂ 'ਚ। ਡਾਕਟਰ ਇਸ਼ਾਂਤ ਜੀ ਬਿਲਕੁਲ ਨੌਜਵਾਨ ਉਮੀਦਵਾਰ ਹੈ, ਬਾਈ ਪ੍ਰੋਫੈਸ਼ਨ ਡਾਕਟਰ ਹੈ। ਲੋਕਾਂ 'ਚ ਇਸ ਪਰਿਵਾਰ ਦਾ ਰਸੂਖ ਜਿਹੜਾ ਆਲਰੇਡੀ ਪੋਲੀਟੀਕਲੀ ਹੈਗਾ, ਸੋ ਉਸ ਚੀਜ਼ ਦਾ ਐਡਵਾਂਟੇਜ ਇਸ ਬੱਚੇ ਨੂੰ ਮਿਲਣ ਜਾ ਰਿਹਾ। ਫਾਦਰ 3-4 ਮਹੀਨੇ ਪਹਿਲਾਂ ਮੈਂਬਰ ਪਾਰਲੀਮੈਂਟ ਬਣੇ ਆ, 2 ਵਾਰੀ ਆਲਰੇਡੀ ਇਸ ਸੀਟ ਤੋਂ MLA ਰਹੇ ਆ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਕੁੱਲ ਮਿਲਾ ਕੇ ਐਡਵਾਂਟੇਜ ਜਿਹੜਾ ਹੈ, ਇਹ ਚੱਬੇਵਾਲ ਸੀਟ ਜਿਹੜੀ ਇੱਕ ਬੜੀ ਵੱਡੀ ਕਲੀਅਰ ਸੀਟ ਹੈ। ਸੀਟ ਕੱਢ ਲਓਗੇ? ਬਿਲਕੁਲ ਕਲੀਅਰ ਸੀਟ। ਮੁੱਖ ਮੰਤਰੀ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ, ਕਹਿੰਦੇ ਮੈਂ ਪ੍ਰਧਾਨਗੀ ਛੱਡਣਾ ਚਾਹੁੰਦਾ, ਕਿਸੇ ਹੋਰ ਨੂੰ ਪ੍ਰਧਾਨ ਲਗਾ ਦੇਣਾ, ਇਹਦਾ ਜਿਹੜਾ ਜਵਾਬ ਆ ਪਾਰਟੀ ਦੇ ਬੰਦੇ ਸਾਰੇ ਬਿਹਤਰ ਦੇ ਸਕਦੇ। ਚਲੋ ਧੰਨਵਾਦ। ਇਸ਼ਾਂਕ ਹੋਰੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਇਸ਼ਾਂਕ, ਮੁੱਖ ਮੰਤਰੀ ਭਗਵੰਤ ਮਾਨ ਪ੍ਰਚਾਰ ਕਰਕੇ ਗਏ ਤੁਹਾਡੇ ਲਈ, ਕਿੰਨਾ ਕੁ ਆਸਵੰਦ ਹੋ, ਕਿਉਂਕਿ ਇਹ ਸੀਟ ਪਹਿਲਾਂ ਕਾਂਗਰਸ ਦੇ ਹਿੱਸੇ ਹੁੰਦੀ ਸੀ, ਜੋ ਰਾਜਕੁਮਾਰ ਚੱਬੇਵਾਲ ਹੋਰੀ ਕਾਂਗਰਸ 'ਚ ਹੁੰਦੇ ਸੀ, ਇਸ ਵਾਰ ਕਿੰਨਾ ਆਸਵੰਦ ਹੋ? ਦੇਖੋ, ਡਾਕਟਰ ਰਾਜਕੁਮਾਰ ਚੱਬੇਵਾਲ ਕੁਛ ਮਹੀਨੇ ਪਹਿਲਾਂ ਹੀ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਆ, ਅਤੇ ਇਸ ਗੱਲ ਦਾ ਉਹਨਾਂ ਨੇ ਸਬੂਤ ਦਿੱਤਾ ਹੈ ਕਿ ਜੋ ਆਮ ਆਦਮੀ ਪਾਰਟੀ ਤੋਂ ਜੋ ਲੋਕ ਸਭਾ ਦੀ ਜੋ ਸੀਟ ਹੈ ਉਹਨਾਂ ਨੇ ਕੱਢੀ ਇੱਕ ਬਹੁਤ ਵਧੀਆ ਮਾਰਜਿਨ ਦੇ ਨਾਲ, ਖਾਸ ਕਰਕੇ ਚੱਬੇਵਾਲ ਹਲਕੇ ਦੇ ਵਿੱਚ ਹੀ ਸਿਰਫ 27,000 ਵੋਟਾਂ ਦੀ ਜੋ ਲੀਡ ਹੈ ਉਹਨਾਂ ਨੇ ਕੱਢੀ ਸੀਗੀ, ਅਤੇ ਉਸ ਦੇ ਨਾਲ ਹੀ ਇਸ ਗੱਲ ਦਾ ਕਲੀਅਰ ਹੋ ਗਿਆ ਸੀਗਾ ਕਿ ਇਸ ਤਰ੍ਹਾਂ ਕੋਈ ਪਾਰਟੀ ਦਾ ਕੋਈ ਇਸ਼ੂ ਹੈ ਨਹੀਂ ਗਾ ਇੱਥੇ। ਕਾਂਗਰਸ ਨਾਲ ਚੈਲੰਜ ਹੈ? ਦੇਖੋ, ਚੈਲੰਜ ਸਾਡਾ ਜੋ ਹੈ, ਮੈਂ ਮੰਨਦਾ ਕਿ ਆਪਣੇ ਆਪ ਦੇ ਨਾਲ ਹੈ, ਜੋ ਸਾਡੀ ਜੋ ਪਿਛਲੀ ਲੀਡ ਸੀਗੀ ਆਪਾਂ ਉਸਨੂੰ ਜੋ ਹੈ ਉਹ ਤੋੜਨਾ ਹੈ, ਉਸ ਤੋਂ ਵੀ ਜ਼ਿਆਦਾ ਵੋਟਾਂ ਨਾਲ। ਸਿੰਘ ਟੰਡਲ ਬੀਜੇਪੀ 'ਚ ਆ ਗਏ, ਉਹਨਾਂ ਦਾ ਆਪਣਾ ਆਧਾਰ ਵੀ ਹੈ, ਬੀਜੇਪੀ ਦੀ ਇੱਥੇ ਚੰਗੀ ਵੋਟ ਬੈਂਕ ਵੀ ਹੈ। ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਹਰ ਕਿਸੇ ਦਾ ਇੱਕ ਜੋ ਲੋਕਤੰਤਰ ਦੇ ਵਿੱਚ ਹੱਕ ਹੈ, ਕਿਸੇ ਵੀ ਪਾਰਟੀ ਦੇ ਵਿੱਚ ਜਾ ਕੇ ਜੋ ਆਪਣਾ ਚੋਣ ਲੜ ਸਕਦੇ ਹੈ, ਅਤੇ ਇਸੇ ਤਰ੍ਹਾਂ ਹੀ ਬਸ ਉਹਨਾਂ ਨੂੰ ਵੀ ਜੋ ਹੈ ਇਸ ਤਰ੍ਹਾਂ ਹੱਕ ਹੈ ਚੋਣ ਲੜਨ ਦਾ। ਕਿਉਂਕਿ 31 ਸਾਲ ਮੈਂ ਤੁਹਾਡੀ ਉਮਰ ਹੈ, ਡਾਕਟਰੀ ਦੀ ਪੜ੍ਹਾਈ ਕੀਤੀ, ਡਾਕਟਰ ਕਹਿੰਦੇ ਡਾਕਟਰਾਂ ਕੋਲ ਹੱਥ ਜੋੜ ਕੇ ਮਰੀਜ਼ ਆਉਂਦੇ ਹੁੰਦੇ ਆ ਕਿ ਡਾਕਟਰ ਸਾਹਿਬ ਠੀਕ ਕਰ ਦਿਉ, ਅੱਜ ਤੁਹਾਡੀ ਨਬਜ਼ ਜਿਹੜੀ ਉਹ ਠੀਕ ਲੋਕਾਂ ਨੇ ਕਰਨੀ ਹੈ, ਤੁਸੀਂ ਹੱਥ ਜੋੜ ਰਹੇ ਹੋ? ਨਹੀਂ, ਦੇਖੋ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਕਿਉਂਕਿ ਡਾਕਟਰੀ ਦੇ ਵਿੱਚ ਗੱਲ ਇਹ ਕਿ ਡਾਕਟਰੀ ਦੇ ਰਾਜਨੀਤੀ ਦੇ ਵਿੱਚ ਵੀ ਇੱਕ ਸਿਮਿਲੈਰਿਟੀ ਜੋ ਹੈ, ਜੋ ਸੇਮ ਚੀਜ਼ ਇਹ ਹੈ ਕਿ ਉਹਦੇ ਵਿੱਚ ਵੀ ਡਾਕਟਰੀ 'ਚ ਵੀ ਤੁਸੀਂ ਲੋਕਾਂ ਦੀ ਸੇਵਾ ਹੀ ਕਰਦੇ ਹਾਂ, ਅਤੇ ਰਾਜਨੀਤੀ ਦੇ ਵਿੱਚ ਆ ਕੇ ਵੀ ਜੋ ਲੋਕਾਂ ਦੀ ਸੇਵਾ ਹੈ ਉਹੀ ਕਰਨੀ ਹੈ, ਅਤੇ ਰਹੀ ਗੱਲ ਡਾਕਟਰੀ ਦੀ ਹੋਰ ਕੀਤੀ ਜਾਵੇ ਤਾਂ ਮੈਂ ਹੈਗਾ ਰੇਡੀਓਲੋਜਿਸਟ, ਜੋ ਕਿ ਹੁੰਦਾ ਸਕੈਨ ਦਾ ਡਾਕਟਰ, ਅਤੇ ਹੁਣ ਰਾਜਨੀਤੀ ਦੇ ਵਿੱਚ ਵੀ ਜੋ ਹੈ ਹਲਕੇ ਦੀ ਜੋ ਲੋਕਾਂ ਦੀ ਜੋ ਪ੍ਰੋਬਲਮ ਹੈ ਉਹਨੂੰ ਸਕੈਨ ਕਰਕੇ ਠੀਕ ਕਰਨਾ ਹੀ ਜੋ ਹੈ ਮੇਰਾ ਕੰਮ ਹੈ। ਚੱਬੇਵਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਮਰ ਕੱਸੀ ਹੋਈ ਹੈ, ਮੇਰੇ ਨਾਲ ਬ੍ਰਹਮ ਸ਼ੰਕਰ ਜਿੰਪਾ ਨੇ। ਜਿੰਪਾ ਸਾਹਿਬ, ਕਿਸ ਤਰੀਕੇ ਦੀ ਤਿਆਰੀ ਹੈ? ਬਹੁਤ ਉਤਸ਼ਾਹ ਹੈ ਲੋਕਾਂ 'ਚ। ਡਾਕਟਰ ਇਸ਼ਾਂਤ ਜੀ ਬਿਲਕੁਲ ਨੌਜਵਾਨ ਉਮੀਦਵਾਰ ਹੈ, ਬਾਈ ਪ੍ਰੋਫੈਸ਼ਨ ਡਾਕਟਰ ਹੈ। ਲੋਕਾਂ 'ਚ ਇਸ ਪਰਿਵਾਰ ਦਾ ਰਸੂਖ ਜਿਹੜਾ ਆਲਰੇਡੀ ਪੋਲੀਟੀਕਲੀ ਹੈਗਾ, ਸੋ ਉਸ ਚੀਜ਼ ਦਾ ਐਡਵਾਂਟੇਜ ਇਸ ਬੱਚੇ ਨੂੰ ਮਿਲਣ ਜਾ ਰਿਹਾ। ਫਾਦਰ 3-4 ਮਹੀਨੇ ਪਹਿਲਾਂ ਮੈਂਬਰ ਪਾਰਲੀਮੈਂਟ ਬਣੇ ਆ, 2 ਵਾਰੀ ਆਲਰੇਡੀ ਇਸ ਸੀਟ ਤੋਂ MLA ਰਹੇ ਆ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਕੁੱਲ ਮਿਲਾ ਕੇ ਐਡਵਾਂਟੇਜ ਜਿਹੜਾ ਹੈ, ਇਹ ਚੱਬੇਵਾਲ ਸੀਟ ਜਿਹੜੀ ਇੱਕ ਬੜੀ ਵੱਡੀ ਕਲੀਅਰ ਸੀਟ ਹੈ। ਸੀਟ ਕੱਢ ਲਓਗੇ? ਬਿਲਕੁਲ ਕਲੀਅਰ ਸੀਟ। ਮੁੱਖ ਮੰਤਰੀ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ, ਕਹਿੰਦੇ ਮੈਂ ਪ੍ਰਧਾਨਗੀ ਛੱਡਣਾ ਚਾਹੁੰਦਾ, ਕਿਸੇ ਹੋਰ ਨੂੰ ਪ੍ਰਧਾਨ ਲਗਾ ਦੇਣਾ, ਇਹਦਾ ਜਿਹੜਾ ਜਵਾਬ ਆ ਪਾਰਟੀ ਦੇ ਬੰਦੇ ਸਾਰੇ ਬਿਹਤਰ ਦੇ ਸਕਦੇ। ਚਲੋ ਧੰਨਵਾਦ। ਇਸ਼ਾਂਕ ਹੋਰੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਇਸ਼ਾਂਕ, ਮੁੱਖ ਮੰਤਰੀ ਭਗਵੰਤ ਮਾਨ ਪ੍ਰਚਾਰ ਕਰਕੇ ਗਏ ਤੁਹਾਡੇ ਲਈ, ਕਿੰਨਾ ਕੁ ਆਸਵੰਦ ਹੋ, ਕਿਉਂਕਿ ਇਹ ਸੀਟ ਪਹਿਲਾਂ ਕਾਂਗਰਸ ਦੇ ਹਿੱਸੇ ਹੁੰਦੀ ਸੀ, ਜੋ ਰਾਜਕੁਮਾਰ ਚੱਬੇਵਾਲ ਹੋਰੀ ਕਾਂਗਰਸ 'ਚ ਹੁੰਦੇ ਸੀ, ਇਸ ਵਾਰ ਕਿੰਨਾ ਆਸਵੰਦ ਹੋ? ਦੇਖੋ, ਡਾਕਟਰ ਰਾਜਕੁਮਾਰ ਚੱਬੇਵਾਲ ਕੁਛ ਮਹੀਨੇ ਪਹਿਲਾਂ ਹੀ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਆ, ਅਤੇ ਇਸ ਗੱਲ ਦਾ ਉਹਨਾਂ ਨੇ ਸਬੂਤ ਦਿੱਤਾ ਹੈ ਕਿ ਜੋ ਆਮ ਆਦਮੀ ਪਾਰਟੀ ਤੋਂ ਜੋ ਲੋਕ ਸਭਾ ਦੀ ਜੋ ਸੀਟ ਹੈ ਉਹਨਾਂ ਨੇ ਕੱਢੀ ਇੱਕ ਬਹੁਤ ਵਧੀਆ ਮਾਰਜਿਨ ਦੇ ਨਾਲ, ਖਾਸ ਕਰਕੇ ਚੱਬੇਵਾਲ ਹਲਕੇ ਦੇ ਵਿੱਚ ਹੀ ਸਿਰਫ 27,000 ਵੋਟਾਂ ਦੀ ਜੋ ਲੀਡ ਹੈ ਉਹਨਾਂ ਨੇ ਕੱਢੀ ਸੀਗੀ, ਅਤੇ ਉਸ ਦੇ ਨਾਲ ਹੀ ਇਸ ਗੱਲ ਦਾ ਕਲੀਅਰ ਹੋ ਗਿਆ ਸੀਗਾ ਕਿ ਇਸ ਤਰ੍ਹਾਂ ਕੋਈ ਪਾਰਟੀ ਦਾ ਕੋਈ ਇਸ਼ੂ ਹੈ ਨਹੀਂ ਗਾ ਇੱਥੇ। ਕਾਂਗਰਸ ਨਾਲ ਚੈਲੰਜ ਹੈ? ਦੇਖੋ, ਚੈਲੰਜ ਸਾਡਾ ਜੋ ਹੈ, ਮੈਂ ਮੰਨਦਾ ਕਿ ਆਪਣੇ ਆਪ ਦੇ ਨਾਲ ਹੈ, ਜੋ ਸਾਡੀ ਜੋ ਪਿਛਲੀ ਲੀਡ ਸੀਗੀ ਆਪਾਂ ਉਸਨੂੰ ਜੋ ਹੈ ਉਹ ਤੋੜਨਾ ਹੈ, ਉਸ ਤੋਂ ਵੀ ਜ਼ਿਆਦਾ ਵੋਟਾਂ ਨਾਲ। ਸਿੰਘ ਟੰਡਲ ਬੀਜੇਪੀ 'ਚ ਆ ਗਏ, ਉਹਨਾਂ ਦਾ ਆਪਣਾ ਆਧਾਰ ਵੀ ਹੈ, ਬੀਜੇਪੀ ਦੀ ਇੱਥੇ ਚੰਗੀ ਵੋਟ ਬੈਂਕ ਵੀ ਹੈ।
ਦੇਖੋ ਗੱਲ ਇਸ ਤਰ੍ਹਾਂ ਹੈ ਕਿ ਹਰ ਕਿਸੇ ਦਾ ਇੱਕ ਜੋ ਲੋਕਤੰਤਰ ਦੇ ਵਿੱਚ ਹੱਕ ਹੈ ਕਿਸੇ ਵੀ ਪਾਰਟੀ ਦੇ ਵਿੱਚ ਜਾ ਕੇ ਜੋ ਆਪਣਾ ਚੋਣ ਲੜ ਸਕਦੇ ਆ, ਤੇ ਇਸੇ ਤਰ੍ਹਾਂ ਹੀ ਬਸ ਉਹਨਾਂ ਨੂੰ ਵੀ ਜੋ ਹੈ ਇਸ ਤਰ੍ਹਾਂ ਹੱਕ ਹੈ ਚੋਣ ਲੜਨ ਦਾ। ਕਿਉਂਕਿ 31 ਸਾਲ ਮੈਂ ਤੁਹਾਡੀ ਉਮਰ ਹੈ, ਡਾਕਟਰੀ ਦੀ ਪੜ੍ਹਾਈ ਕੀਤੀ, ਡਾਕਟਰ ਕਹਿੰਦੇ ਡਾਕਟਰਾਂ ਕੋਲ ਹੱਥ ਜੋੜ ਕੇ ਮਰੀਜ਼ ਆਉਂਦੇ ਹੁੰਦੇ ਆ ਕਿ ਡਾਕਟਰ ਸਾਹਿਬ ਠੀਕ ਕਰ ਦਿਓ, ਅੱਜ ਤੁਹਾਡੀ ਨਬਜ਼ ਜਿਹੜੀ ਉਹ ਠੀਕ ਲੋਕਾਂ ਨੇ ਕਰਨੀ ਹੈ, ਤੁਸੀਂ ਹੱਥ ਜੋੜ ਰਹੇ ਹੋ। ਨਹੀਂ ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਕਿਉਂਕਿ ਡਾਕਟਰੀ ਦੇ ਵਿੱਚ ਗੱਲ ਇਹ ਕਿ ਡਾਕਟਰੀ ਤੇ ਰਾਜਨੀਤੀ ਦੇ ਵਿੱਚ ਵੀ ਇੱਕ ਸਿਮਿਲੈਰਿਟੀ ਜੋ ਹੈ, ਜੋ ਸੇਮ ਚੀਜ਼ ਇਹ ਹੈ ਕਿ ਉਹਦੇ ਵਿੱਚ ਵੀ ਡਾਕਟਰੀ 'ਚ ਵੀ ਤੁਸੀਂ ਲੋਕਾਂ ਦੀ ਸੇਵਾ ਹੀ ਕਰਦੇ ਆ, ਤੇ ਰਾਜਨੀਤੀ ਦੇ ਵਿੱਚ ਅੱਗੇ ਵੀ ਜੋ ਲੋਕਾਂ ਦੀ ਸੇਵਾ ਹੈ ਉਹੀ ਕਰਨੀ ਹੈ। ਤੇ ਰਹੀ ਗੱਲ ਡਾਕਟਰੀ ਦੀ ਹੋਰ ਕੀਤੀ ਜਾਵੇ ਤਾਂ ਮੈਂ ਹੈਗਾ ਰੇਡੀਓਲੋਜਿਸਟ ਜੋ ਕਿ ਹੁੰਦਾ ਸਕੈਨ ਦਾ ਡਾਕਟਰ, ਤੇ ਹੁਣ ਰਾਜਨੀਤੀ ਦੇ ਵਿੱਚ ਵੀ ਜੋ ਹੈ ਹਲਕੇ ਦੀ ਜੋ ਲੋਕਾਂ ਦੀ ਜੋ ਪ੍ਰੋਬਲਮ ਹੈ ਉਹਨੂੰ ਸਕੈਨ ਕਰਕੇ ਠੀਕ ਕਰਨਾ ਹੀ ਜੋ ਹੈ ਮੇਰਾ ਕੰਮ ਹੈ।